ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ। ਬੀਤੇ ਦਿਨੀ ਇੱਕ ਨੋਟੀਫਿਕੇਸ਼ਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਸਿੱਧੇ ਤੌਰ ਤੇ ਸਾਹਮਣੇ ਆ ਰਿਹਾ ਸੀ ਕਿ ਪੰਚਾਇਤੀ ਚੋਣਾਂ 20 ਅਕਤੂਬਰ ਤੋਂ ਪਹਿਲਾਂ ਹੋਣਗੀਆਂ ਤੇ ਜਲਦ ਹੀ ਇਸ ਨੂੰ ਲੈ ਕੇ ਚੋਣ ਜਾਬਤਾ ਵੀ ਲੱਗਣ ਵਾਲਾ ਹੈ। ਪਰ ਹੁਣ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਹਰ ਪਾਰਟੀ ਦੇ ਵੱਲੋਂ ਵੀ ਤਿਆਰੀ ਕਰ ਲਈ ਗਈ ਹੈ। ਜਦਕਿ ਇੱਕ ਪਾਸੇ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਸੀ ਅਤੇ ਇੱਕ ਨਵਾਂ ਬਿੱਲ ਵੀ ਪਾਸ ਕਰ ਲਿਆ ਗਿਆ ਸੀ ਜਿਸ ਦੇ ਵਿੱਚ ਸਰਪੰਚ ਬਿਲਕੁਲ ਆਜ਼ਾਦ ਲੜਨਗੇ ਦੀ ਗੱਲ ਸਾਹਮਣੇ ਆਈ ਸੀ। ਪਰ ਹੁਣ ਇਹ ਤਮਾਮ ਚੀਜ਼ਾਂ ਨੂੰ ਲੈ ਕੇ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਕੁਲਵੀਰ ਜੀਰਾ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਪੂਰਾ ਖੁਲਾਸਾ ਕੀਤਾ ਗਿਆ ਹੈ ਇਸ ਕਾਂਗਰਸੀ ਆਗੂ ਦੇ ਵੱਲੋਂ। ਅੱਜ ਇਹ ਵੀਡੀਓ ਤਾਂ ਪਾ ਰਿਹਾ ਮੈਂ ਤੁਹਾਡੇ ਤੇ ਕਿਉਂਕਿ ਤੁਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਕਿ 20 ਤਰੀਕ ਤੱਕ ਜਿਹੜੇ ਆ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ। ਔਰ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਪਿੰਡਾਂ ਦੇ ਵੀਰਾਂ ਨੂੰ ਕਿ ਜਿਹੜੇ ਜਿਹੜੇ ਅਹੁਦੇਦਾਰ ਆ ਲੀਡਰ ਸਾਹਿਬਾਨਾਂ ਨੂੰ ਕਿ ਉਹ ਆਪੋ ਆਪਣੇ ਸੈਕਟਰੀ ਸਾਹਿਬਾਨਾਂ ਕੋਲ ਬਲਾਕਾਂ 'ਚ ਜਾਓ, ਚਾਹੇ ਜੀਰਾ ਬਲੋਕ ਆ ਚਾਹੇ ਮਾਖੂ ਬਲੋਕ ਆ, ਬਲਾਕਾਂ 'ਚ ਜਾ ਕੇ ਆਪੋ ਆਪਣੇ ਸੈਕਟਰੀਆਂ ਦੇ ਨਾਲ ਤਾਲਮੇਲ ਕਰੋ ਔਰ ਚੁੱਲ੍ਹਾ ਟੈਕਸ ਦੀਆਂ ਜਿਹੜੀਆਂ ਨੇ ਔਰ ਸਿੱਧਾ ਉਹਨਾਂ ਤੋਂ ਚੁੱਲ੍ਹਾ ਟੈਕਸ ਕਟਵਾਓ ਔਰ ਤਾਂ ਕਿ ਆਪਾਂ ਆਪਣੇ ਕਾਗਜ਼ਾਂ ਦੀ ਤਿਆਰੀ ਕਰ ਸਕੀਏ ਕਿਉਂਕਿ ਅੱਜ ਲੋਕ ਮਨ ਬਣਾਈ ਬੈਠੇ ਨੇ। ਅੱਜ ਲੋਕ ਇਸ ਸਰਕਾਰ ਨੂੰ ਜਵਾਬ ਦੇਣਾ ਚਾਹੁੰਦੇ ਨੇ ਔਰ ਜਵਾਬ ਜਿਹੜਾ ਉਹ ਚੋਣਾਂ ਰਾਹੀਂ ਦਿੱਤਾ ਜਾ ਸਕਦਾ ਕਿਉਂਕਿ ਅੱਜ ਲੋਕ ਡਿੱਗਦੇ ਨੇ। ਲੋਕ ਕਹਿੰਦੇ ਸੀਗੇ ਕਿ ਇਹ ਸਰਕਾਰ ਕਹਿੰਦੀ ਸੀ ਕਿ ਸਰਕਾਰ ਆਪਕੇ ਦੁਆਰ ਕਿ ਲੋਕਾਂ ਦੇ ਘਰ ਆਣ ਕੇ ਕੰਮ ਕਰਾਂਗੇ। ਅੱਜ ਘਰ ਆਣ ਕੇ ਤਾਂ ਕੀ ਕੰਮ ਕਰਨੇ ਸੀ, ਅੱਜ ਜੇ ਕੋਈ MLA ਦੇ ਦਫ਼ਤਰ ਜਾਂਦਾ ਅੱਜ ਉਹਦਾ ਕੰਮ ਨਹੀਂ ਹੁੰਦਾ ਗਾ। ਇਸ ਕਰਕੇ ਮੈਨੂੰ ਆਸ ਆ ਸਾਰਿਆਂ 'ਤੇ ਔਰ ਪਿੰਡਾਂ ਵਾਲਿਆਂ ਦੇ ਵੋਟਰ ਭੈਣ ਭਰਾਵਾਂ 'ਤੇ ਕਿ ਤੁਸੀਂ ਸਾਰੇ ਤਕੜੇ ਹੋ ਕੇ ਸਾਥ ਦਿਓਗੇ ਔਰ ਕਾਂਗਰਸ ਪਾਰਟੀ ਦੇ ਵੱਧ ਤੋਂ ਵੱਧ ਜਿਹੜੇ ਸਰਪੰਚ ਸਾਹਿਬਾਨ ਜਿਤਾ ਕੇ ਭੇਜੋਗੇ ਕਿਉਂਕਿ ਪਿਛਲੇ 3 ਸਾਲਾਂ ਤੋਂ ਤੁਸੀਂ ਦੇਖ ਰਹੇ ਹੋ, ਕਰੀਬ 3 ਸਾਲਾਂ ਤੋਂ ਜਦੋਂ ਤੋਂ ਸਰਕਾਰ ਬਣੀ ਹੈ ਕਿਤੇ ਪਿੰਡਾਂ ਦੇ ਵਿੱਚ ਕਿਤੇ ਇੱਟ ਨਹੀਂ ਲੱਗੇਗੀ, ਕੋਈ ਕੰਮ ਨਹੀਂ ਸ਼ੁਰੂ ਹੋਇਆ ਔਰ ਡਿਵੈਲਪਮੈਂਟ ਜਿਹੜੀ ਠੱਪ ਹੋਈ ਪਈ ਹੈ ਔਰ ਜਿਹੜੀਆਂ ਵੀ ਅੱਜ ਗਰਾਂਟਾਂ ਪਈਆਂ ਨੇ ਖਾਤਿਆਂ ਦੇ ਵਿੱਚ ਉਹ ਸਾਰੀਆਂ ਕਾਂਗਰਸ ਸਰਕਾਰ ਵੇਲੇ ਦੀਆਂ ਨੇ ਔਰ ਇਹਦੇ ਨਾਲ ਨਾਲ ਜਦੋਂ ਦੇ ਪ੍ਰਬੰਧਕ ਲੱਗੇ ਨੇ ਉਦੋਂ ਤੋਂ ਮੈਨੂੰ ਪਤਾ ਲੱਗਿਆ ਕਿ ਪੈਸੇ ਵੀ ਖੁਰਦ ਬੁਰਦ ਹੋਏ ਔਰ ਜਿਨ੍ਹਾਂ ਦੀ ਜਲਦੀ ਤੋਂ ਜਲਦੀ ਜਿਹੜੀ ਹੈ ਕਿ ਵਿਜੀਲੈਂਸ ਤੋਂ ਇਨਕੁਆਇਰੀ ਵੀ ਕਰਾਉਣ ਦੀ ਜਿਹੜੀ ਮੈਂ ਮੰਗ ਕਰਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਬਹੁਤ ਇਮਾਨਦਾਰ ਨੇ ਔਰ ਮੈਨੂੰ ਆਸ ਆ ਕਿ ਜਿੱਡੀ ਵੱਡੀ ਠੱਗੀ ਜਿਹੜੀ ਆ ਪੰਚਾਇਤਾਂ ਦੇ ਵਿੱਚ ਹੋਈ ਹੈ, ਕਰੋੜਾਂ ਦਾ ਘਪਲਾ ਆ, ਉਹਦੀ ਜਿਹੜੀ ਆ ਉਹਦੀ ਜਾਂਚ ਵੀ ਕਰਵਾਈ ਜਾਵੇਗੀ ਔਰ ਮੈਂ ਸਾਰੇ ਹੀ ਫਿਰ ਤੋਂ ਸਾਰੇ ਸਰਪੰਚ ਸਾਹਿਬਾਨਾਂ ਨੂੰ ਸਾਰੇ ਪਿੰਡਾਂ ਦੇ ਦਫ਼ਤਰ ਜਾਂਦਾ ਅੱਜ ਉਹਦਾ ਕੰਮ ਨਹੀਂ ਹੁੰਦਾ ਗਾ। ਇਸ ਕਰਕੇ ਮੈਨੂੰ ਆਸ ਆ ਸਾਰਿਆਂ 'ਤੇ ਔਰ ਪਿੰਡਾਂ ਵਾਲਿਆਂ ਦੇ ਵੋਟਰ ਭੈਣ ਭਰਾਵਾਂ 'ਤੇ ਕਿ ਤੁਸੀਂ ਸਾਰੇ ਤਕੜੇ ਹੋ ਕੇ ਸਾਥ ਦਿਓਗੇ ਔਰ ਕਾਂਗਰਸ ਪਾਰਟੀ ਦੇ ਵੱਧ ਤੋਂ ਵੱਧ ਜਿਹੜੇ ਸਰਪੰਚ ਸਾਹਿਬਾਨ ਜਿਤਾ ਕੇ ਭੇਜੋਗੇ ਕਿਉਂਕਿ ਪਿਛਲੇ 3 ਸਾਲ ਕਿੰਨੇ ਮੈਂਬਰੀ ਦਾ ਇਲੈਕਸ਼ਨ ਲੜਨਾ, ਕਿੰਨੇ ਕਿਵੇਂ ਕਰਨਾ, ਜਿੱਥੇ ਜਿੱਥੇ ਮੇਰੇ ਸਾਥ ਦੀ ਲੋੜ ਆ ਮੈਂ ਤੁਹਾਡੇ ਨਾਲ ਹਾਂ। ਆਪਾਂ ਇਲੈਕਸ਼ਨ ਲੜ ਕੇ ਜਿੱਤ ਕੇ ਜਿਹੜੇ ਆ ਕਿ ਉਹ ਜਿਹੜੀ ਫਿਰ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਸ਼ੁਰੂ ਕਰ ਸਕੀਏ। ਇਹਨਾਂ ਕੁਛ ਕਹਿੰਦਾ ਹੋਇਆ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।